ਤੁਸੀਂ ਅੱਜ ਬਿਆਨ ਦਿੱਤਾ ਵੀ ਲੱਖਾ ਸਿਧਾਨਾ ਛੇਤੀ ਜਿਹੜਾ ਕਿਸਾਨੀ ਸਟੇਜ ਤੋਂ ਬੋਲੇਗਾ ਕਦੋਂ? ਦਿੱਲੀ ਸਰਕਾਰ ਵੱਲੋਂ, ਦਿੱਲੀ ਪੁਲਿਸ ਵੱਲੋਂ 1 ਲੱਖ ਦਾ ਇਨਾਮ ਰੱਖਿਆ ਗਿਆ ਲੱਖੇ 'ਤੇ, ਅਤੇ ਤੁਹਾਨੂੰ ਲੱਗਦਾ ਕਿ ਕਿਸਾਨੀ ਸਟੇਜ 'ਤੇ ਉੱਥੇ ਤਾਂ ਨਹੀਂ ਫੜ ਦਿੰਦੇ ਸੀ? ਉਹ ਆ ਜੇ ਕਿੱਟੀ ਬਾਟ 'ਚ ਮੈਂ ਉੱਥੇ ਹੋਊਂਗਾ, ਕਿਉਂਕਿ ਹੱਥ ਲਾ ਕੇ ਦਿਖਾਵੇ ਵੀ ਕੀ ਬਣਦੀ ਹੈ। ਰੁਲਦੂ ਸਿੰਘ ਦੇ ਬਰਾਂਟੇ ਮੈਨੂੰ ਫੜ ਲੈਣਗਾ, ਲੱਖਾ ਜ਼ਿਆਦਾ ਪਿਆਰਾ ਲੱਗਦਾ ਉਹਨਾਂ ਨੂੰ, ਸਾਡੇ ਸਾਰੇ ਲੀਡਰ ਕੱਲ੍ਹ ਰਾਜ ਵਾਲੀ ਉਹਨੂੰ ਫੜ ਲੈਂਦੇਗਾ। ਰੁਲਦੂ ਸਿੰਘ ਮਾਨਸਾ ਜੀ, ਲੱਖਾ ਸਿਧਾਨਾ ਅਤੇ ਦੀਪ ਸਿੱਧੂ ਦੇ ਵਿੱਚ ਕੀ ਫਰਕ ਦੇਖ? ਪੰਜਾਬ ਸਰਕਾਰ ਹੈ ਉਹ ਲਗਾਤਾਰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀ ਹੈ, ਤੁਹਾਨੂੰ ਲੱਗਦਾ ਪੰਜਾਬ ਸਰਕਾਰ ਕਿਸਾਨ? ਮੈਂ ਤੁਹਾਨੂੰ ਲੱਗਦਾ ਵੀ ਇਹਨਾਂ ਦਾ ਬੁਰਾ ਵੀ ਨਹੀਂ ਕਦੇ ਉਦੇਸ਼ ਹੋਵੇ ਕਿਸਾਨਾਂ ਦਾ। ਕਿਸਾਨਾਂ ਵੱਲੋਂ ਜਿਹੜਾ ਹੈਗਾ ਕੋਈ ਫਰੰਟ ਸਾਹਮਣੇ ਲਿਆ ਜਾਏਗਾ? ਕਿਉਂਕਿ ਦੇਖੋ ਇਸ ਵੇਲੇ ਸਰਕਾਰਾਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ, ਅਤੇ ਕਿਸਾਨਾਂ ਵੱਲ ਜਿਹੜੇ ਨੇ ਲੋਕਾਂ ਦਾ ਜਿਹੜਾ ਇੰਟਰਸਟ ਵਧਿਆ ਗਿਆ। ਸਕਾਈ ਨਿਊਜ਼ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ, ਮੈਂ ਕੋਮਲ ਸਿੰਘਲਾ। 4 ਮਹੀਨੇ ਤੋਂ ਜਿਹੜੇ ਕਿਸਾਨ ਨੇ ਦਿੱਲੀ ਬਾਰਡਰ 'ਤੇ ਡਟੇ ਹੋਏ ਨੇ, 26 ਮਾਰਚ ਨੂੰ ਕੱਲ੍ਹ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਸਾਡੇ ਨਾਲ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਜਿਹੜੇ ਪ੍ਰਧਾਨ ਨੇ ਰੁਲਦੂ ਸਿੰਘ ਮਾਨਸਾ ਜੀ ਮੌਜੂਦ ਨੇ। ਮਾਨਸਾ ਜੀ, ਵਿਸਥਾਰ ਨਾਲ ਜਾਣਕਾਰੀ ਦਿਓ, ਕੱਲ੍ਹ ਜਿਹੜਾ ਭਾਰਤ ਬੰਦ ਦਾ ਸਮਾਂ ਕੀ ਰਹੇਗਾ? ਸਮਾਂ 12 ਘੰਟੇ, 6 ਤੋਂ ਲੈ ਕੇ 6 ਵਜੇ ਤੱਕ। ਹਾਂ, ਪੂਰੀ ਹਮਾਇਤ ਹੈ, ਬੰਦ ਹੋਊਗਾ, ਠੀਕ ਹੈ ਨਾ ਗੱਲ, ਪੂਰਾ ਲੋਕਾਂ ਦੀ ਮਾਤਾ, ਟ੍ਰੇਡ ਜਥੇਬੰਦੀਆਂ ਨਾਲ ਨੇਗੀਆਂ, ਵੱਡੀ ਪੱਧਰ 'ਤੇ ਬੰਦ ਹੋਣਾ, ਬਹੁਤ ਵਧੀਆ ਹੋਊਗਾ। ਅਤੇ ਰੁਲਦੂ ਸਿੰਘ ਮਾਨਸਾ ਜੀ, ਆਗਾਮੀ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ? ਚੋਣਾਂ ਹੋ ਜਾਣ, ਲੋਕ ਆਪਦੀ ਸਰਕਾਰ ਬਣਾਉਣਗੇ, ਹੱਕ ਬਣਦਾ ਚੋਣਾਂ ਹੋਣ ਦਾ, ਪਹਿਲਾਂ MSC ਦੀਆਂ ਵੋਟਾਂ ਪਈਆਂ ਨੇਗੀਆਂ, ਹੱਕ ਬਣਦਾ ਚੋਣਾਂ ਹੋਣਗੀਆਂ ਚਾਹੀਦੀਆਂ ਨੇ। ਅਤੇ ਕਿਸਾਨਾਂ ਵੱਲੋਂ ਜਿਹੜਾ ਹੈਗਾ ਕੋਈ ਫਰੰਟ ਸਾਹਮਣੇ ਲਿਆ ਜਾਏਗਾ? ਕਿਉਂਕਿ ਦੇਖੋ ਇਸ ਵੇਲੇ ਸਰਕਾਰਾਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ, ਅਤੇ ਕਿਸਾਨਾਂ ਵੱਲ ਜਿਹੜੇ ਨੇ ਲੋਕਾਂ ਦਾ ਜਿਹੜਾ ਇੰਟਰਸਟ ਵਧਿਆ ਹੋਇਆ। ਇਹ ਪ੍ਰੈਸ ਸਾਡੇ ਨਾਲ ਕਿਉਂ ਕਾਹਲੀ ਹੋਈ ਹੈ? ਹੁਣ ਤਾਂ ਲੀਡਰ ਕਾਹਲੇ ਹੁੰਦੇ ਨੇਗੇ, ਬਿਲਕੁਲ ਨਹੀਂ, ਸਾਡਾ ਕੋਈ ਫਰੰਟ ਨਹੀਂ ਆਊਗਾ, ਕੁਛ ਨਹੀਂ ਹੋਣਾ। ਅਤੇ ਆਪਣਾ ਤੁਸੀਂ ਅੱਜ ਬਿਆਨ ਦਿੱਤਾ ਵੀ ਲੱਖਾ ਸਿਧਾਨਾ ਛੇਤੀ ਜਿਹੜਾ ਕਿਸਾਨੀ ਸਟੇਜ ਤੋਂ ਬੋਲੇਗਾ, ਕਦੋਂ? ਇਹ ਸਾਡਾ ਅੰਦਰ ਖਾਤੇ ਸਮਝੌਤਾ ਅੰਦਰ ਰਹਿ ਬਣ ਗਈ ਸੀ ਸਾਰੇ ਲੀਡਰਾਂ ਦੀ, ਕਿ ਉਹ ਜਿਹੜੇ ਤਰੀਕੇ ਨਾਲ ਸਾਡਾ ਅੰਦੋਲਨ ਵਧਣਾ ਹੈ ਉਹ ਤਰੀਕੇ ਦੇ ਨਾਲ ਸਾਨੂੰ ਸਭ ਸੋਚਣਾ ਪੈਂਦਾ ਹੈਗਾ ਵੀ ਚੱਲ ਕੋਈ ਮਾੜਾ ਮੋਟਾ ਫਰਕ ਪੈ ਗਿਆ, ਪਿੰਡਾਂ 'ਚ ਕਿਹੜਾ ਆਪਣੇ ਰਾਜੀ ਬੰਦੇ ਨਹੀਂ ਹੁੰਦੇ, ਉਹ ਬੋਲੂਗਾ, ਠੀਕ ਹੈ। ਰੁਲਦੂ ਸਿੰਘ ਮਾਨਸਾ ਜੀ, ਲੱਖਾ ਸਿਧਾਨਾ ਅਤੇ ਦੀਪ ਸਿੱਧੂ ਦੇ ਵਿੱਚ ਕੀ ਫਰਕ ਦੇਖਦੇ ਹੋ ਤੁਸੀਂ? ਉਹ ਮੋਦੀ ਦਾ ਭੇਜਿਆ ਹੋਇਆ, ਕੌਣ? ਆਪਣਾ ਦੀਪ ਸਿੱਧੂ, ਅਤੇ ਲੱਖਾ ਇੱਕ ਲੜਨ ਵਾਲਾ ਬੰਦਾ ਹੈਗਾ, ਚਾਹੇ ਕਿਸੇ ਤਰੀਕੇ ਦੀ ਲੜਾਈ ਲਓ, ਇਹਦਾ ਹੋਰ ਫਰਕ ਆ, ਕਾਫੀ ਫਰਕ ਆ ਪੰਜਾਬ 'ਚ। ਅਤੇ ਦਿੱਲੀ ਸਰਕਾਰ ਵੱਲੋਂ, ਦਿੱਲੀ ਪੁਲਿਸ ਵੱਲੋਂ 1 ਲੱਖ ਦਾ ਇਨਾਮ ਰੱਖਿਆ ਗਿਆ ਲੱਖੇ 'ਤੇ, ਅਤੇ ਤੁਹਾਨੂੰ ਲੱਗਦਾ ਕਿ ਕਿਸਾਨੀ ਸਟੇਜ 'ਤੇ? ਉੱਥੇ ਤਾਂ ਨਹੀਂ ਫੜ ਦਿੰਦੇ ਉੱਥੇ, ਉਹ ਆ ਜੇ ਕਿੱਟੀ ਬਾਟ 'ਚ ਮੈਂ ਉੱਥੇ ਹੋਊਂਗਾ, ਕਿਉਂਕਿ ਹੱਥ ਲਾ ਕੇ ਦਿਖਾਵੇ ਵੀ ਕੀ ਬਣਦੀ ਹੈ। ਰੁਲਦੂ ਸਿੰਘ ਦੇ ਬਰਾਂਟੇ ਮੈਨੂੰ ਫੜ ਲੈਣਗਾ, ਲੱਖਾ ਜ਼ਿਆਦਾ ਪਿਆਰਾ ਲੱਗਦਾ ਉਹਨਾਂ ਨੂੰ, ਸਾਡੇ ਸਾਰੇ ਲੀਡਰ ਕੱਲ੍ਹ ਰਾਜ ਵਾਲੀ ਉਹਨੂੰ ਫੜ ਲੈਂਦੇਗਾ, ਭੱਜਣਾ ਨਹੀਂ ਸਾਨੂੰ, ਡਰਨਾ ਨਹੀਂ ਸਾਨੂੰ ਚਾਹੀਦਾ, ਫੜ ਲੈਣਗੇ ਫਿਰ ਜੇਲ੍ਹ ਕੀ ਚੀਜ਼ ਹੈ? ਜੇਲ੍ਹ ਤਾਂ ਮੈਂ ਕਹਿੰਦਾ, ਮੈਂ ਤਾਂ ਕਹਿੰਦਾ ਆਰਾਮ ਕੱਟਾਂਗੇ, ਜੇ ਸੌਖੇ ਦਿਨ ਵਧੀਆ ਦਮ ਲੈ ਲਈਏ, ਮਤਲਬ ਵੀ ਕੁਛ ਨਹੀਂ ਹੁੰਦਾ ਹੁੰਦਾ, ਜੇ ਅਸੀਂ ਲੜਾਈ ਲੜਾਂਗੇ ਸਾਡੇ ਵਾਸਤੇ ਜੇਲ੍ਹ ਆ, ਸਾਡੇ ਵਾਸਤੇ ਤਸ਼ੱਦਦ, ਸਾਡੇ ਵਾਸਤੇ ਹੋਰ ਵੱਡੇ ਕੁਛ ਹੋਣ ਦੀ ਅਲੱਗ ਹੈ, ਸਾਡੀਆਂ ਜ਼ਮੀਨਾਂ ਕੁਰਕ ਹੋ ਸਕਦੀਆਂ, ਸਾਡੇ ਪਰਿਵਾਰ ਨੂੰ ਸਜ਼ਾ ਮਿਲ ਸਕਦੀ ਹੈ, ਇਹ ਕਦੇ ਇਹਨਾਂ ਗੱਲਾਂ ਤੋਂ ਡਰ ਕੇ ਦੋਲਣ ਨਹੀਂ ਚੱਲਦੇ। ਅਤੇ ਜਿਹੜੀ ਪੰਜਾਬ ਸਰਕਾਰ ਹੈ ਉਹ ਲਗਾਤਾਰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀ ਹੈ, ਤੁਹਾਨੂੰ ਲੱਗਦਾ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ? ਮੈਂ ਤੁਹਾਨੂੰ ਲੱਗਦਾ ਵੀ ਇਹਨਾਂ ਦਾ ਬੁਰਾ ਵੀ ਨਹੀਂ ਕਦੇ ਉਦੇਸ਼ ਹੋਇਆ ਕਿਸਾਨਾਂ ਦਾ, 7 ਪੀੜ੍ਹੀਆਂ ਜਿਹਨੇ ਰਾਜ ਕੀਤਾ ਉਹ ਕਿਹੜਾ ਕਿਸਾਨਾਂ ਦੇ ਹਿਤੈਸ਼ੀ ਹੋ ਜਾਣਗੇ, ਜਾਂ ਲੋਕਾਂ ਦੇ ਹਿਤੈਸ਼ੀ? ਬਿਲਕੁਲ ਨਹੀਂ। ਤੁਸੀਂ ਸੁਣਿਆ, ਇਹ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਰੁਲਦੂ ਸਿੰਘ ਮਾਨਸਾ, ਜਿਹਨੇ ਇੱਕ ਵੱਡਾ ਦਾਅਵਾ ਕੀਤਾ ਕਿ ਲੱਖਾ ਸਿਧਾਨਾ ਨੂੰ ਛੇਤੀ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਤੋਂ ਬੋਲਣ ਦਾ ਮੌਕਾ ਮਿਲੇਗਾ। ਕੈਮਰਾ ਪਰਸਨ ਅਮਨ ਦੇ ਨਾਲ ਕੋਮਲ ਸਿੰਘਲਾ, ਸਕਾਈ ਨਿਊਜ਼ ਚੰਡੀਗੜ੍ਹ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।